नेता जी साड़ा प्रोग्राम है बोलो नेता जी, तुसी भी पूरी गेटअप भी नेता जी वाली बन चुके हो और रिएक्ट भी नवी जी बिल्कुल उवें ही करन लग गए, पहला तो इहदियां भी तुहानूं वधाई। नहीं नहीं रे, इहदा कोई गल नहीं है, इहदा जो पहला तो मैं सी उदा ही है, पजामे कुर्ते तां कहण लग गए लोग नेता, वैसे तो पिंडां दे पजामे कुर्ते ही हुंदे। पहला टाइम हुण दे टाइम नालों सही सी? सही सीगा, तां ही पहला दीआं जिहड़े बजुर्ग ऐ उहनां दीआं बड़ियां लंबियां उमरां हुंदियां सी, अपने 70-70 ते टपक जांदे। सियासत की गल शुरू करने तो पहला थोड़ी हल्कियां फुल्कियां गल्लां कर लैंदे आ, हुण तां मुख्यमंत्री दी फैमिली है, तां मुख्यमंत्री बनण तों बाद जीवन च कि तब्दीलियां आ गईआं, बहुत चीज़ां हैं जिहड़ियां बदल गईआं, इनिशिएट की तब्दीलियां आईआं? तब्दीलियां तो वीरे जे कहो तो ये आ गई भी मेरा फोन हूँ 24 घंटे बजता रहता है। एक्सपेक्टेशन वधियां लोगों दी तुहाडे प्रति जब तो मुख्यमंत्री बन? लोगों दी एक्सपेक्टेशन तो बहुत ज़्यादा वधियां सीगियां, क्योंकि तुसी देखो भी मेरे को इत्थे बैठे नू हल्के दे बंदे तो आंदे ही आंदे सी, पूरे पंजाब तो बंदे आंदे सी, पता नहीं कितों किदा मैसेज जांदा हुंदा सी, कोई अमृतसर तो कोई बठिंडे तो, इदां मतलब हर किते तो बंदा अपना काम लैके आया हुंदा सी, क्योंकि लोगों को पता लग गया सी भी एक्सेसिबल है, तुसी इन्हां नूं जाके मिलो तो थोड़ा काम हो जाता है। जिदा जे रब कोल जाने अपनी एक्सपेक्टेशन कुछ भी बंदा मंग लैंदा। तुहाडे मिसिज ने एक इंटरव्यू च किया, कहिंदे वी पहले दिन जदों मैं प्रचार करन आई सी तां मैं थक गई सी, पर हुण मैनूं वधिया लगदा, लोक दुआवां बहुत दिंदे आ ते मैनूं हल्के जो प्यार करदे ने ते शगन वी मिलदे ने। ਇਹ ਤਾਂ ਪੋਲੀਟਿਕਸ 'ਚ ਹੁੰਦਾ ਹੀ ਆ, ਜਦੋਂ ਪਹਿਲੇ ਦਿਨ ਕੁਛ ਵੀ ਪੋਲੀਟਿਕਸ ਦੇ ਅੰਦਰ ਪਹਿਲੇ ਦਿਨ ਕਰੋ ਕੁਛ ਹੋਰ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ, ਬਟ ਹੌਲੀ ਹੌਲੀ ਤੁਸੀਂ ਫਿਰ ਉਸ ਚੀਜ਼ ਨੂੰ ਅਡੈਪਟ ਕਰਨ ਲੱਗ ਜਾਂਦੇ ਹੋ। ਹੁਣ ਮੈਨੂੰ ਆਪਣੀ ਪਹਿਲੀ ਸਪੀਚ ਹਲਕੇ ਦੇ ਅੰਦਰ ਯਾਦ ਹੈ, ਮੇਰੀ ਲੱਤਾਂ ਕੰਬਦੀਆਂ ਹੁੰਦੀਆਂ ਸੀ, ਕੋਈ ਇੰਟਰਵਿਊ ਕਰਨ ਆਉਂਦਾ ਹੁੰਦਾ ਸੀਗਾ ਜੇ ਮੈਨੂੰ, ਮੈਂ ਕਹਿੰਦਾ ਸੀ ਨਹੀਂ ਅੱਜ ਨਹੀਂ ਕੱਲ੍ਹ ਕਰਾਂਗੇ, ਕਿਉਂਕਿ ਪੂਰੇ ਪੰਜਾਬ ਤੋਂ ਲੋਕ ਸਾਡੇ ਕੋਲ ਆਉਂਦੇ ਸੀਗੇ, ਕਿ ਲੋਕਾਂ ਨੂੰ ਐਵੇਂ ਲੱਗਦਾ ਕਿ ਸਾਡਾ ਸਾਡੇ ਕੰਮ ਹੋਣਗੇ, ਇਹ ਮੁੱਖ ਮੰਤਰੀ ਹੈ, ਮੁੱਖ ਮੰਤਰੀ ਦਾ ਪਰਿਵਾਰ ਹੈ, ਮੁੱਖ ਮੰਤਰੀ ਦਾ ਬੇਟਾ ਰੀਚ ਹੈ, ਅਸੀਂ ਮਿਲ ਸਕਦੇ ਹਾਂ, ਲੱਗਦਾ ਕਿ ਇਹ ਚੀਜ਼ ਤੁਹਾਡੇ ਹਲਕੇ ਦੇ ਲਈ ਨੁਕਸਾਨਦੇਹ ਹੋਊਗੀ, ਤੁਸੀਂ ਤੁਹਾਡੇ ਆਪਣੇ ਲੋਕ ਤੁਹਾਨੂੰ ਨਹੀਂ ਮਿਲ ਸਕੇ। ਇੱਥੇ ਦੇ ਲੋਕ ਇਹ 15 ਸਾਲ ਤੋਂ ਜਾਣਦੇ ਸੀ ਪੰਜਾਬ ਨੂੰ, ਹੁਣ ਦੇਖੇ 3.5 ਮਹੀਨੇ 'ਚ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਸਾਨੂੰ ਕਿੰਨੇ ਘੰਟੇ ਕੰਮ ਕਰਨਾ ਹੈ, 20 ਤੋਂ 21-22 ਘੰਟੇ ਕੰਮ ਕਰਦੇ ਹੁੰਦੇ ਸੀ, ਸਵੇਰੇ ਉੱਠ ਕੇ ਫਿਰ ਅਸੀਂ ਲੱਗ ਜਾਂਦੇ ਹੁੰਦੇ ਸੀ। ਸਾਰਾ ਮਰਿੰਡਾ ਪੱਟਿਆ ਪਿਆ ਜੀ, ਕਹਿੰਦੇ ਕਿ ਮਰਿੰਡੇ ਦਾ ਵਿਕਾਸ, ਸੋਸ਼ਲ ਮੀਡੀਆ 'ਤੇ ਗੱਲ ਆਮ ਹੈ, ਕਹਿੰਦੇ ਵੀ ਮਰਿੰਡੇ ਦਾ ਵਿਕਾਸ ਦੇਖ ਲਓ, ਜਦੋਂ ਮੀਂਹ ਪੈਂਦਾ ਤਾਂ ਮੂੰਹ ਬੋਲਦਾ ਕਿ ਮਰਿੰਡੇ ਡਿਵੈਲਪਮੈਂਟ ਕਿੰਨੀ ਹੋਈ ਹੈ। ਮੁੱਖ ਮੰਤਰੀ ਦਾ ਹਲਕਾ, ਮੁੱਖ ਮੰਤਰੀ ਦੇ ਸਪੁੱਤਰ ਹੋ ਤੁਸੀਂ, ਕੀ ਜਵਾਬ ਆ ਤੁਹਾਡੇ ਕੋਲ ਇਸ ਗੱਲ? ਸੀਵਰੇਜ ਹੋਣਾ ਇੱਕ ਸ਼ਹਿਰ ਦੇ ਅੰਦਰ ਬੇਸਿਕ ਡਿਮਾਂਡ ਹੈ, ਅਸੀਂ ਵਾਅਦਾ ਕੀਤਾ ਹੋਇਆ 2017 ਦੇ ਵਿੱਚ ਵੀ ਅਸੀਂ ਇੱਥੇ ਸੀਵਰੇਜ ਲੈ ਕੇ ਆਉਣਾ, ਹੁਣ ਇੱਥੇ 70 ਕਰੋੜ ਰੁਪਇਆ ਲੱਗ ਕੇ ਸੀਵਰੇਜ ਪੈ ਰਿਹਾ ਸਾਰੇ ਸ਼ਹਿਰ ਦੇ ਵਿੱਚ, ਹੁਣ ਜਦ ਸੀਵਰੇਜ ਨੇ ਪੈਣਾ ਉਹਦੇ ਪਾਈਪਾਂ ਨੇ ਥੱਲੇ ਜਾਣਾ, ਕਿੱਥੇ ਗਲੀ ਨਾਲੀਆਂ ਹੋਣੀਆਂ, ਨਾਲੀਆਂ ਸਾਈਡ 'ਤੇ ਆ, ਪੈਪਾਂ ਨੇ ਜਦ ਸੜਕ ਦੇ ਥੱਲੇ ਜਾਣਾ, ਉਹਨੇ ਪੱਟ ਹੋਣਾ, ਪੱਟ ਹੋ ਕੇ ਉਹਦੇ 'ਚ ਪੈਪ ਪੈਣੀ ਆ, ਫਿਰ ਉਹਨੇ ਦੱਬਣਾ, ਫਿਰ ਮਿੱਟੀ ਸੈਟਲ ਹੋਣੀ, ਹੁਣ ਮੈਂ ਸਿਵਲ ਇੰਜੀਨੀਅਰ ਹੈ, ਮੈਨੂੰ ਪਤਾ ਉਹ ਕਿਵੇਂ ਕੰਮ ਹੋਣਾ। ਤਾਂ ਠੀਕ ਹੈ ਜਦੋਂ ਆਪਾਂ ਘਰ ਵੀ ਬਣਾਉਂਦੇ ਹਾਂ ਤਾਂ ਵੀਰੇ ਇੱਕ ਵਾਰੀ ਤਾਂ ਖਲਾਰਾ ਪੈਂਦਾ ਹੀ ਹੈ ਨਾ, ਪਰ ਉਹਦੇ ਤੋਂ ਬਾਅਦ 'ਚ ਆਪਾਂ ਨੂੰ ਸੁੱਖ ਕਿੰਨਾ ਮਿਲਦਾ? ਮੋਰਿੰਡਾ ਕਹਿ ਲਓ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਹੈ ਅੰਡਰਬ੍ਰਿਜ, ਕਹਿੰਦੇ ਵੀ ਜੇ ਇੱਕ ਫਾਟਕ ਮਸ਼ਹੂਰ ਹੈ ਉਸ ਤੋਂ ਬਾਅਦ ਜੇ ਪੰਜਾਬ ਦਾ ਦੂਜਾ ਸਭ ਤੋਂ ਵੱਧ ਲੱਗਣ ਵਾਲਾ ਫਾਟਕ ਹੈ ਤਾਂ ਮੋਰਿੰਡਾ ਹੀ ਹੈ, ਐਂਬੂਲੈਂਸਾਂ ਫਸ ਜਾਂਦੀਆਂ ਸੀਗੀਆਂ, ਡਿਲੀਵਰੀਆਂ ਵੀ ਐਂਬੂਲੈਂਸ 'ਚ ਹੋ ਜਾਂਦੀਆਂ ਸੀਗੀਆਂ, ਕਹਿੰਦੇ ਵੀ ਉਹ ਵੀ ਬਹੁਤ ਦੇਰ ਹੋ ਗਈ ਬਣ ਹੀ ਨਹੀਂ ਰਿਹਾ, ਇਸ ਬਾਰੇ ਤੁਹਾਡਾ ਕੀ ਰਿਐਕਸ਼ਨ? ਵੀਰੇ ਉਹ 2000 ਪਹਿਲਾਂ ਤਾਂ ਤੁਹਾਨੂੰ ਪਤਾ ਵੀ ਕਿੰਨੀ ਵਾਰੀ ਇੱਥੇ ਫੇਲ ਕਰਤਾ, ਸਰਵੇ ਹੋ ਲਿਆ, ਫੇਲ ਕਰਤਾ ਵੀ ਇਹ ਵਾਲਾ ਜਿਹੜਾ ਟਰੈਕ ਹੈ ਇਹਨੂੰ ਰੋਕ ਨਹੀਂ ਸਕਦੇ, ਸਭ ਤੋਂ ਬਿਜ਼ੀ ਟਰੈਕ ਹੈ, ਮੈਗੀ ਐਡ 'ਚ ਤਾਂ ਕਹਿੰਦੇ ਆ ਵੀ 2 ਮਿੰਟ 'ਚ ਬਣ ਜਾਂਦੀ ਆ, ਆਪਣੇ ਘਰਾਂ 'ਚ 2 ਮਿੰਟ 'ਚ ਬਣਾ ਕੇ ਦੇਖ ਲਓ ਬਣ ਜਾਂਦੀ ਆ, ਉਹ ਤਾਂ ਛੋਟੀ ਜਿਹੀ ਚੀਜ਼ ਹੈ। ਹੁਣ ਖਰੜ ਵਾਲਾ ਪੁਲ ਦੇਖ ਲਓ, ਕਿੰਨੇ ਲੋਕ ਕਿੰਨੇ ਸਾਲ ਪਰੇਸ਼ਾਨ ਹੁੰਦੇ ਰਹੇ, ਕਿੰਨੇ ਇਹਦੇ ਮੀਮਸ ਬਣਦੇ ਰਹੇ ਵੀ ਬੰਦਾ ਟੁੱਟਿਆ ਭੱਜਿਆ ਆਉਂਦਾ ਹੁੰਦਾ, ਕਹਿੰਦਾ ਕਿੱਥੋਂ ਹੈਗਾ, ਖਰੜ ਤੋਂ ਹੈ। ਲੋਕਾਂ ਨੇ ਤਪੱਸਿਆ ਕੀਤੀ ਉਸ ਚੀਜ਼ ਦੀ, ਬਟ ਅੱਜ ਲੋਕਾਂ ਨੂੰ ਉਸ ਤਪੱਸਿਆ ਦਾ ਫਲ ਵੀ ਮਿਲ ਰਿਹਾ ਨਾ, ਅੱਜ ਤੁਸੀਂ ਖਰੜ 'ਚੋਂ ਨਿਕਲ ਕੇ ਦੇਖੋ ਕੋਈ ਰਸ਼ ਨਹੀਂ ਹੈਗਾ। ਬਟ ਮਦਰ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਵੀ ਮੈਂ ਹੁਣ ਫੁੱਲ ਟਾਈਮ ਰਾਜਨੀਤੀ ਕਰਨੀ ਹੈ, ਮੈਂ ਆਪਣੀ ਨੌਕਰੀ ਰਿਜ਼ਾਈਨ ਕਰਤੀ, ਕਹਿੰਦੇ ਵੀ ਸੀਐਮ ਸਾਹਿਬ ਪੰਜਾਬ ਸੰਭਾਲਣ, ਮੈਂ ਉਹਨਾਂ ਦਾ ਹਲਕਾ ਸੰਭਾਲੂੰਗੀ, ਇੱਕ ਸ਼ਿਕਾਇਤ ਨਹੀਂ ਮਿਲੂਗੀ। ਉਹਨਾਂ ਦਾ ਤਾਂ ਵੈਸੇ ਹਮੇਸ਼ਾ ਸਾਡੇ ਪਰਿਵਾਰ ਲਈ ਸੈਕਰੀਫਾਈਸ ਰਿਹਾ, ਮਤਲਬ ਮੈਂ ਹਮੇਸ਼ਾ ਐਂ ਦੇਖਿਆ ਵੀ ਮਦਰ ਨੇ ਕਦੀ ਮੇਰੀ ਕੰਪਲੇਂਟ ਨਹੀਂ ਕੀਤੀ, ਤੁਸੀਂ 9 ਵਜੇ ਆਏ, ਤੁਸੀਂ 9 ਵਜੇ ਚਲੇ ਗਏ, ਤੁਸੀਂ ਘਰ ਨੂੰ ਟਾਈਮ ਨਹੀਂ ਦੇ ਰਹੇ ਜਾਂ ਉਹ ਨਹੀਂ ਦੇ ਰਹੇ। ਤਾਂ ਤੁਸੀਂ ਆਪਣੀ ਮਿਸਿਜ਼ ਨੇ ਇਹ ਗੱਲ ਕਰ ਲਈ ਕਿ ਭਾਈ ਹੁਣ ਮੈਂ ਵੀ ਇਸੀ ਫੀਲਡ 'ਚ ਹਾਂ, ਹੁਣ ਤਾਂ ਨਵਜੀਤ ਸਿੰਘ ਨਵੀਂ ਵੀ ਪੂਰੇ ਮਜ਼ੇ ਹੋਏ ਸਿਆਸਤਦਾਰ ਲੱਗਦੇ ਹਾਂ,
कि भाई टाइम घर में इन्ना ही होंगे हम तो भी भागवान ने इन्नी आदत पानी पैनी है ये गल आप ही हौली हौली आदत पै जाती है हल्के लोगों की अपील करना चाहते हो डायरेक्ट दिल तो जो हल्का चाहता है भी जेडे साढ़े तीन महीने वर्गे सानू पांच साल मिले तो हल्के पता बई वोट कितने पड़े हर बंदे की इच्छावां होंगी सरकार ने करके हर वर्ग की भी यार आप अगली सरकार जी चुननी है वो इदा चुननी है भी मेरी आ इच्छा पूरी हो जाए चाहे वह मेरी परसनल है चाहे मेरी समाजिक है किसी तरह की भी हर किसी की इच्छा होंगी कि वह इच्छा एक मुख्यमंत्री ज़्यादा काबिलियत रखता है पूरी करन या एक एम एल ए थानू थोड़ी वोट का जवाब जरूर मिल जाएगा सत श्री अकाल जी डेली पोस्ट पंजाबी तुसी वेख रहे हो मैं गगन शुक्ला 2022 दी इलेक्शन लैके गतिविधियां बेहद तेज़ ने ते तमाम पार्टियां वल्लों जिहड़ी है वह गतिविधियां वध तों वध जिहड़ियां चला दित्तियां गईयां हल्कियां दे विच मैं मुख्यमंत्री चरणजीत सिंह चन्नी दे सपुत्तर दे नाल मौजूद हाँ हल्का चमकौर साहब पंजाब दी बेहद हॉट सीट है तो उन्होंने सपुत्तर मेरे नाल ने गलबात करदे हैं भाजी स्वागत है जी पहलां तां तुहाडे चैनल वालियां दा ते तुहाडे व्यूअर्स दा बहुत बहुत स्वागत है मैं सारयां नूं हाथ जोड़ के पहलां फतेह बुलाना वाहिगुरू जी का खालसा श्री वाहिगुरू जी की फतेह नेता जी साडा प्रोग्राम है बोलो नेता जी तुसी भी पूरी गेटअप भी नेता जी वाली बन चुके हो और रिएक्ट भी नवी जी बिल्कुल उवें ही करन लग गए पहला तो एदियां भी तुहानूं वधाईआं नहीं नहीं रे तां कोई गल नहीं है तां जो पहला तो मैं सी उदां ही है पजामे कुर्ते तां कहण लग गए लोग नेता वैसे तां पिंडां दे पजामे कुर्ते ही हुंदे ते लोई दा चलो ठीक है पजामे कुर्ते दे उपर स्वेटर पा लैने जैकेट पा लैने फिर जे फिर भी ना हुण ठंड रुके फिर कंबल लैने ना कंबल दा काम करती है लोई दा वधिया ए चीज तुसी जिथे भी है हाथ भी ढके रहने ठंड घट लगती है वधिया चीज है हौली हौली जिहड़ियां पहलां पिंडां च गल्लां हुंदियां सी ओह किते ना किते टैक्निकली सही सी अपने नवे ट्रेंडां ने आके ओह चीजां छड्डतियां पर ओह किते ना किते लाभ दिंदियां हुंदियां सी चाहे लगदा वी पहला टाइम हुण दे टाइम नालों सही सीगा सही सीगा तां ही पहलां दियां जिहड़े बजुर्ग आ उहनां दियां बड़ियां लंबियां उमरां हुंदियां सी अपने 70-70 ते टपक जांदे तां कुछ तां साइंटिफिक चीजां सीगियां उहनां दे अंदर ते सही तो सीगा ही ओहो बाकी अजकल दा टाइम टेक्नोलॉजी दा आ गया ओ अलग तरीके दा दौर है ओ अलग तरीके दा दौर सी सियासत दी गल शुरू करन तो पहला थोड़ी हल्कियां फुल्कियां गल्लां कर लैने हुण तां मुख्यमंत्री दी फैमिली है तां मुख्यमंत्री बनण तों बाद जीवन च किहड़ियां किहड़ियां तब्दीलियां आ गईयां बहुत चीज़ां हैं जिहड़ियां बदल गईयां इनिशिएट की तब्दीलियां आईयां तब्दीलियां तो वीरे जे कहो तो यह आ गई भी मेरा फोन हुण 24 घंटे बजता रहिंदा है लोकां दे कहिंदे आ भी जी फोन नहीं चक हुंदे भी हुण जे 2 घंटे दे अंदर जे तुहानूं 96 मिस कॉलां आ जाण तां फिर किद्दां तुसीं मतलब हर टाइम तो हुण मैं तुसीं तुहाडे नाल बैठा गल कर रहे हुण तुसीं आप ही देखिया भी फोन लगातार बजी जांदा हुण मैं या तां तुहाडे नाल गल कर सकदा या फोन ते गल कर सकदा तां जिहड़ा बंदा प्रेजेंट ते बैठा ओह इग्नोर फील करदा जे मैं उत्थे ते जदों हुण अपना सरदार चरणजीत सिंह चन्नी पूरे पंजाब दी कमांड सांभण लग गए सी ਤਾਂ ਮੈਂ ਹਲਕੇ ਦੇ ਵਿੱਚ ਲੋਕਾਂ ਦੇ ਅੰਦਰ ਤਾਂ ਕਿ ਦੂਰੀ ਫੀਲ ਨਾ ਹੋਵੇ ਤਾਂ ਮੈਂ ਹਲਕੇ ਵਿੱਚ ਵਿਚਰਦਾ ਹੁੰਦਾ ਸੀਗਾ ਤਦ ਤਾਂ ਪੂਰੇ ਪੰਜਾਬ ਤੋਂ ਕਾਲਾਂ ਆਉਂਦੀਆਂ ਹੁੰਦੀਆਂ ਸੀ ਇੱਦਾਂ ਲੋਕਾਂ ਦਾ ਆ ਕੇ ਮੈਨੂੰ ਮਿਲਣਾ ਇੰਨੇ ਚਾਵਾਂ ਦੇ ਨਾਲ ਪਹਿਲਾਂ ਗੱਲ ਹੋਰ ਹੁੰਦੀ ਸੀ ਹੁਣ ਗੱਲ ਹੋਰ ਸੀ ਮਤਲਬ ਕੁਛ ਡਿਫਰੈਂਟ ਤਾਂ ਹੈ ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ ਉਹ ਵਧੀਆਂ ਸੀਗੀਆਂ ਲੋਕਾਂ ਦੀਆਂ ਤੁਹਾਡੇ ਪ੍ਰਤੀ ਜਦ ਤੋਂ ਮੁੱਖ ਮੰਤਰੀ ਬਣੇ ਲੋਕਾਂ ਦੀਆਂ ਐਕਸਪੈਕਟੇਸ਼ਨਸ ਤਾਂ ਬਹੁਤ ਜ਼ਿਆਦਾ ਵਧੀਆਂ ਸੀਗੀਆਂ ਕਿਉਂਕਿ देखो इस तो उपर तो कुछ पंजाब दे अंदर तो नहीं है सीएम का तो हर बंदे नू हर तरीके की एक्सपैक्टेशन किते ना किते अपने अंदर आ जाती है क्योंकि एक तो असी बहुत ही एक्सेसिबल है हर बंदा साढ़े तक रीच करता है तो तुसी देखो भी मेरे को इत्थे बैठे नू हल्के दे बंदे तो आंदे ही आंदे सी पूरे पंजाब तो बंदे आंदे सी पता नहीं कित्थों किद्दां मैसेज जांदा हुंदा सी कोई अमृतसर तो कोई बठिंडे तो इदा मतलब हर किते तो बंदा अपना काम लैके आया हुंदा सी क्योंकि लोगों को पता लग गया सी भी एक्सेसिबल है तुसी इन्हां नूं जाके मिलो तो थोड़ा काम हो जाता तो कित्थे पहला उन्हां नूं कदी सीएम देखिया ही नहीं सीगा तो जदों मोस्ट जिहड़ी हाईली चेयर है उन्हूं थोड़ा एक्सेस होवे तो लोगों की एक्सपैक्टेशन सब तो ज़्यादा बदलगियां ना भी हुण जिदा जे रब कोल जाने अपनी एक्सपैक्टेशन कुछ भी बंदा मंग लैंदा
ਤਾਂ ਉਹ ਤਾਂ ਉਸ 'ਤੇ ਡਿਪੈਂਡ ਕਰਦਾ ਲੋਕਾਂ 'ਤੇ ਤਾਂ ਹਰ ਬੰਦਾ ਬਹੁਤ ਐਕਸਪੈਕਟਿਡ ਹਾਈ ਨਵੀਂ ਜੀ ਥੋੜ੍ਹਾ ਫੈਮਿਲੀ ਇਕੱਠੀ ਹੋ ਜਾਂਦੀ ਹੈ ਸ਼ਾਮ ਨੂੰ ਹੁਣ ਕਿ ਨਹੀਂ ਹੋ ਪਾਉਂਦੇ ਡਿਨਰ 'ਤੇ ਡਾਇਨਿੰਗ ਟੇਬਲ 'ਤੇ ਰੋਟੀ ਖਾਣ ਇਕੱਠੇ ਹੋ ਸਕਦੇ ਹਾਂ ਕਿ ਨਹੀਂ ਮਤਲਬ ਜਦ ਤੋਂ ਸੀਐਮ ਬਣੇ ਤਦ ਤੋਂ ਤਾਂ ਇਹ ਗੱਲਾਂ ਨਹੀਂ ਹੋ ਰਹੀਆਂ ਬੜਾ ਮੁੰਡਾ ਤੇ ਉਹ ਆਪਣੇ ਉਹੀ ਨੀ ਦੇਖ ਪਾਏ ਪ੍ਰੋਪਰ ਆਉਂਦੇ ਸੀ 5 ਮਿੰਟ ਲਈ ਫੇਰ ਚਲੇ ਜਾਂਦੇ ਸੀਗੇ ਜਿਸ ਦਿਨ ਸ਼ਗਨ ਸੀਗਾ ਉਸ ਦਿਨ ਵੀ 2 ਘੰਟੇ ਜਿਸ ਦਿਨ ਮੁੱਖ ਮੰਤਰੀ ਬਣਿਆ ਜਿਸ ਦਿਨ ਹਾਂ ਤਾਂ ਹੁਣ ਪਰਿਵਾਰ ਲਈ ਪਰ ਠੀਕ ਹੈ ਜੇ ਵੱਡੀ ਰਿਸਪੋਂਸੀਬਿਲਟੀ ਮਤਲਬ ਉਹਨਾਂ ਨੂੰ ਮਿਲੀ ਹੈ ਤਾਂ ਉਹਨਾਂ ਨੂੰ ਉਸ ਨੂੰ ਨਿਭਾਉਣਾ ਠੀਕ ਹੈ ਪਰਿਵਾਰ ਬਾਕੀ ਵੀ ਹੈਗਾ ਉਹਨੂੰ ਹੈਂਡਲ ਕਰ ਹੋ ਜਾਂਦਾ ਹੁਣ ਬੜੇ ਹੋ ਗਏ ਸਾਰੇ ਜਿੱਦਾਂ ਛੋਟੇ ਹੁੰਦੇ ਫਿਰ ਤਾਂ ਗੱਲ ਹੋਰ ਸੀ ਬਟ ਉਹਨਾਂ ਨੂੰ ਜਿਹੜੀ ਰਿਸਪੋਂਸੀਬਿਲਟੀ ਮਿਲੀ ਹੈ ਉਹਨੂੰ ਨਿਭਾਉਣੀ ਚਾਹੀਦੀ ਹੈ ਅਤੇ ਅਸੀਂ ਸਮਝਦਾ ਪਰਿਵਾਰ ਤਾਂ ਕੋਈ ਗੱਲ ਨਹੀਂ ਜੇ ਨਹੀਂ ਟਾਈਮ ਦੇ ਪਾ ਰਹੇ ਉਹ ਜ਼ਿਆਦਾ ਵੱਡੀ ਰਿਸਪੋਂਸੀਬਿਲਟੀ ਉੱਧਰ ਜ਼ਰੂਰੀ ਹੈ ਜ਼ਿਆਦਾ ਤੁਹਾਡੇ ਮਿਸਿਜ਼ ਨੇ ਇੱਕ ਇੰਟਰਵਿਊ 'ਚ ਕਿਹਾ ਕਹਿੰਦੇ ਵੀ ਪਹਿਲੇ ਦਿਨ ਜਦੋਂ ਮੈਂ ਪ੍ਰਚਾਰ ਕਰਨ ਆਈ ਸੀ ਤਾਂ ਮੈਂ ਥੱਕ ਗਈ ਸੀਗੀ ਪਰ ਹੁਣ ਮੈਨੂੰ ਵਧੀਆ ਲੱਗਦਾ ਲੋਕ ਦੁਆਵਾਂ ਬਹੁਤ ਦਿੰਦੇ ਆ ਅਤੇ ਮੈਨੂੰ ਹਲਕੇ ਜੋ ਪਿਆਰ ਕਰਦੇ ਅਤੇ ਸ਼ਗਨ ਵੀ ਮਿਲਦੇ ਨੇ ਇਹ ਤਾਂ ਪੋਲੀਟਿਕਸ 'ਚ ਹੁੰਦਾ ਹੀ ਹੈ ਜਦੋਂ ਪਹਿਲੇ ਦਿਨ ਕੁਛ ਵੀ ਪੋਲੀਟਿਕਸ ਦੇ ਅੰਦਰ ਪਹਿਲੇ ਦਿਨ ਕਰੋ ਜਾਂ ਤੁਸੀਂ ਸੇਵਾ ਦੇ ਅੰਦਰ ਕੁਛ ਵੀ ਪਹਿਲੇ ਦਿਨ ਕਰੋ ਉਹ ਉਸ ਦਿਨ ਕੁਛ ਹੋਰ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਬਟ ਹੌਲੀ ਹੌਲੀ ਤੁਸੀਂ ਫਿਰ ਉਸ ਚੀਜ਼ ਨੂੰ ਅਡੈਪਟ ਕਰਨ ਲੱਗ ਜਾਂਦੇ ਹੋ ਅਤੇ ਖੁੱਲ੍ਹਦੇ ਜਾਂਦੇ ਹੋ ਹੁਣ ਮੈਨੂੰ ਆਪਣੀ ਪਹਿਲੀ ਸਪੀਚ ਹਲਕੇ ਦੇ ਅੰਦਰ ਯਾਦ ਹੈ ਮੇਰੀ ਲੱਤਾਂ ਕੰਬਦੀਆਂ ਹੁੰਦੀਆਂ ਸੀ ਕੋਈ ਇੰਟਰਵਿਊ ਕਰਨ ਆਉਂਦਾ ਹੁੰਦਾ ਸੀਗਾ ਜੇ ਮੈਨੂੰ ਮੈਂ ਕਹਿੰਦਾ ਸੀ ਨਹੀਂ ਅੱਜ ਨਹੀਂ ਕੱਲ੍ਹ ਕਰਾਂਗੇ ਹੁਣ ਹੌਲੀ ਹੌਲੀ ਤੁਸੀਂ ਉਹਨੂੰ ਚੀਜ਼ ਨੂੰ ਅਡੈਪਟ ਕਰਨ ਲੱਗ ਜਾਂਦੇ ਹੋ ਫਿਰ ਉਸ ਚੀਜ਼ ਤੋਂ ਤੁਸੀਂ ਕੰਫਰਟੇਬਲ ਹੋ ਜਾਂਦੇ ਹੋ ਉਸ ਚੀਜ਼ ਦੇ ਨਾਲ ਹਲਕੀਆਂ ਫੁਲਕੀਆਂ ਗੱਲਾਂ ਹੋ ਗਈਆਂ ਰਾਜਨੀਤੀ ਦੀ ਗੱਲ ਕਰ ਲੈਂਦੇ ਹਾਂ ਤੁਸੀਂ ਕਹਿ ਲਿਓ ਕਿ ਪੂਰੇ ਪੰਜਾਬ ਤੋਂ ਲੋਕ ਸਾਡੇ ਕੋਲ ਆਉਂਦੇ ਸੀਗੇ ਕੀ ਲੋਕਾਂ ਨੂੰ ਐਵੇਂ ਲੱਗਦਾ ਕਿ ਸਾਡੇ ਕੰਮ ਹੋਣਗੇ ਇਹ ਮੁੱਖ ਮੰਤਰੀ ਹੈ ਮੁੱਖ ਮੰਤਰੀ ਦਾ ਪਰਿਵਾਰ ਹੈ ਮੁੱਖ ਮੰਤਰੀ ਦਾ ਬੇਟਾ ਰੀਚ ਹੈ ਅਸੀਂ ਮਿਲ ਸਕਦੇ ਹਾਂ ਲੱਗਦਾ ਕਿ ਇਹ ਚੀਜ਼ ਤੁਹਾਡੇ ਹਲਕੇ ਦੇ ਲਈ ਨੁਕਸਾਨਦੇਹ ਹੋਊਗੀ ਤੁਸੀਂ ਤੁਹਾਡੇ ਆਪਣੇ ਲੋਕ ਤੁਹਾਨੂੰ ਨਹੀਂ ਮਿਲ ਸਕੇ ਸਾਡੇ ਆਪਣੇ ਲੋਕ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨਹੀਂ ਮਿਲ ਸਕੇ ਜੋ ਉਹ 15 ਸਾਲ ਲੋਕਾਂ ਲਈ ਇੰਨੇ ਜ਼ਿਆਦਾ ਐਕਸੈਸੇਬਲ ਸੀਗੇ ਚਾਹੇ ਉਹ MLA ਰਹੇ ਚਾਹੇ ਉਹ ਲੀਡਰ ਆਫ ਓਪੋਜੀਸ਼ਨ ਰਹੇ ਚਾਹੇ ਫਿਰ ਬਾਅਦ 'ਚ ਮੰਤਰੀ ਰਹੇ ਉਹ ਹਰ ਟਾਈਮ ਐਕਸੈਸੇਬਲ ਸੀਗੇ ਤੁਸੀਂ ਉਹਨਾਂ ਨੂੰ ਕਿਤੇ ਵੀ ਜਾ ਕੇ ਮਿਲ ਸਕਦੇ ਸੀ ਪਹਿਲਾਂ ਤਾਂ ਇੱਕ ਤਾਂ ਪਿੰਡਾਂ 'ਚ ਹੀ ਹੁੰਦੇ ਸੀ ਹਰ ਟਾਈਮ ਆਪਣੀ ਇਹ ਮਰਿੰਡੇ ਸਾਡੀ ਕੌਨਸਟੀਚੁਐਂਸੀ ਚਾਹੇ ਕੋਠੀ ਇਹ ਇੱਥੇ ਬੈਠੇ ਰਹਿਣਾ ਸਾਡੇ ਸਵੇਰੇ ਖਰੜ ਪਹਿਲਾਂ 9 ਵਜੇ ਤੋਂ ਮਿਲਣਾ ਸ਼ੁਰੂ ਹੋ ਜਾਂਦਾ ਸੀ ਫਿਰ 2 ਕੁ ਵਜੇ ਤੱਕ ਉਹਨਾਂ ਨੇ ਬੰਦੇ ਭੁਗਤਾਉਣੇ ਸਾਰੀ ਕੌਨਸਟੀਚੁਐਂਸੀ ਉਹ ਆਉਂਦੀ ਹੁੰਦੀ ਸੀ ਤਾਂ ਬਾਹਰੋਂ ਘੱਟ ਲੋਕ ਆਉਂਦੇ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਰਿੰਡੇ ਆ ਜਾਣਾ ਫਿਰ ਮਰਿੰਡੇ ਦੇ ਜਿਹੜੇ ਬੰਦੇ ਉੱਥੇ ਤੱਕ ਨਹੀਂ ਖਰੜ ਤੱਕ ਪਹੁੰਚ ਸਕਦੇ ਫਿਰ ਉਹ ਮਿਲ ਜਾਂਦੇ ਸੀ ਫਿਰ ਉਹ ਚਮਕੌਰ ਸਾਹਿਬ ਦਫ਼ਤਰ ਬਹਿ ਜਾਂਦੇ ਸੀ ਮਤਲਬ ਬਹੁਤ ਜ਼ਿਆਦਾ ਐਕਸੈਸੇਬਲ ਸੀਗੇ ਹੁਣ ਸਾਡੇ ਕੋਲ ਸਮਾਂ ਇੰਨਾ ਘੱਟ ਸੀਗਾ ਜਿਹਦੇ ਵਿੱਚ ਅਸੀਂ ਹਰ ਚੀਜ਼ ਕਰਨੀ ਸੀ ਅਸੀਂ ਪਲੈਨਸ ਡਰਾਫਟ ਵੀ ਕਰਨੇ ਸੀ ਕਿਆ ਲੋਕਾਂ ਦੀ ਡਿਮਾਂਡ ਹੈ ਉਹਨਾਂ ਨੂੰ ਕਿੱਦਾਂ ਹੱਲ ਕਰਨਾ ਹੈ ਕਿਵੇਂ ਉਹਨੂੰ ਕੈਬਿਨੇਟ 'ਚ ਲੈ ਕੇ ਆਉਣਾ ਪਾਸ ਕਰਾਉਣਾ ਫਿਰ ਅੱਗੇ ਲਾਗੂ ਕਰਾਉਣਾ ਅਤੇ ਰਾਤ ਨੂੰ ਤੁਸੀਂ ਦੇਖਿਆ 1-1, 2-2 ਵਜੇ ਵੀ IAS ਦੀ ਮੀਟਿੰਗ ਚੱਲ ਰਹੀ ਹੁੰਦੀ ਸੀ ਕੈਬਿਨੇਟ ਲੈਣੀ ਫਿਰ IAS ਦੀ ਮੀਟਿੰਗ ਲੈਣੀ ਫਿਰ ਅੱਗੇ ਉਹਨੂੰ ਇੰਪਲੀਮੈਂਟ ਉਹ ਥੱਲੇ ਤੱਕ ਪਹੁੰਚ ਰਹੀ ਹੈ ਗੱਲ ਕਿ ਨਹੀਂ ਤਾਂ ਫਿਰ ਉਸ ਤੋਂ ਬਾਅਦ ਲੋਕਾਂ 'ਚ ਵੀ ਜਾਣਾ ਕੱਲ੍ਹ ਨੂੰ ਤੁਸੀਂ ਦੇਖਿਆ 3-3 ਹਲਕੇ ਕਵਰ ਕਰਦੇ ਹੁੰਦੇ ਸੀਗੇ ਆਪਾਂ ਜਾ ਕੇ ਤਾਂ ਫਿਰ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਹੁਣ ਹੈ ਵੀ 3.5 ਮਹੀਨੇ ਲੋਕ ਰਿਜ਼ਲਟ ਵੀ ਚਾਹੁੰਦੇ ਆ 3.5 ਮਹੀਨੇ 'ਚ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਸਾਨੂੰ ਕਿੰਨੇ ਘੰਟੇ ਕੰਮ ਕਰਨਾ ਹੈ 20-21-22 ਘੰਟੇ ਕੰਮ ਕਰਦੇ ਹੁੰਦੇ ਸੀ ਸਵੇਰੇ ਉੱਠ ਕੇ ਫਿਰ ਅਸੀਂ ਲੱਗ ਜਾਂਦੇ ਹੁੰਦੇ ਸੀ ਉਹ ਸਿਰਫ ਲੋਕਾਂ ਲਈ ਕਰ ਰਹੇ ਸੀ ਵੀ ਅਸੀਂ ਜੇ ਸਾਨੂੰ ਜਿੰਨਾ ਵੀ ਟਾਈਮ ਮਿਲਿਆ ਅਸੀਂ ਉਹਦਾ ਫੁੱਲੀ ਲੋਕਾਂ ਨੂੰ ਦੇ ਸਕੀਏ ਤਾਂ ਕਿ ਜਿਹੜੇ ਲੋਕ ਹੈ ਉਹ ਇੱਕ ਫੀਲ ਕਰ ਸਕਣ ਵੀ ਯਾਰ ਜਿਹੜੀ CM ਹੈ ਉਹਨੂੰ ਕਿੱਦਾਂ ਕੰਮ ਕਰਨਾ ਚਾਹੀਦਾ ਔਰ ਅਸੀਂ ਮੈਨੂੰ ਲੱਗਦਾ ਸਰਦਾਰ ਚਰਨਜੀਤ ਸਿੰਘ ਚੰਨੀ ਇਸ 'ਚ ਕਾਮਯਾਬ ਵੀ ਹੋਏ ਹਾਂ ਤਾਂ ਹੀ ਤਾਂ ਅੱਜ ਤੁਸੀਂ ਲੋਕਪ੍ਰਿਯ ਦੇਖ ਸਕਦੇ ਹੋ ਵੀ ਹਰ ਸਰਵੇ ਵਾਲਿਆਂ ਉਹਨਾਂ ਨੂੰ ਅਲੱਗ ਦਿਖਾਉਂਦਾ ਬਜਾਏ ਕਿ ਅੱਜ ਤੋਂ 3.5 ਮਹੀਨੇ ਪਹਿਲਾਂ ਅਦਰਸ 'ਚ ਵੀ ਨਹੀਂ ਆਉਂਦੇ ਹੁੰਦੇ ਸੀ ਅਸੀਂ ਅਤੇ ਅੱਜ ਜੇ 3.5 ਮਹੀਨੇ ਅਸੀਂ ਕੰਮ ਕਰਕੇ ਦਿਖਾਇਆ ਇਹ ਇੱਥੇ ਦੇ ਲੋਕ ਇਹ 15-15 ਸਾਲ ਤੋਂ ਜਾਣਦੇ ਸੀ ਪੰਜਾਬ ਨੂੰ ਹੁਣ ਦਿਖੇ ਹੈ ਹੁਣ ਪੰਜਾਬ ਪਿਆਰ ਕਰਨ ਲੱਗ ਗਿਆ ਇਹਨਾਂ ਲੋਕਾਂ ਨੇ 15 ਸਾਲ ਤੋਂ ਪਿਆਰ ਕਰਦੇ ਆ ਰਹੇ ਇੱਕ ਚੀਜ਼ ਹੋਰ ਹੈ ਕਹਿੰਦੇ ਵੀ ਸਾਰਾ ਮਰਿੰਡਾ ਪੱਟਿਆ ਪਿਆ ਜੀ
ਕਹਿੰਦੇ ਕਿ ਮਰਿੰਡੇ ਦਾ ਵਿਕਾਸ ਸੋਸ਼ਲ ਮੀਡੀਆ ਤੇ ਗੱਲ ਆਮ ਹੈ, ਕਹਿੰਦੇ ਵੀ ਮਰਿੰਡੇ ਦਾ ਵਿਕਾਸ ਦੇਖ ਲਓ, ਜਦੋਂ ਮੀਂਹ ਪੈਂਦਾ ਤਾਂ ਮੂੰਹ ਬੋਲਦਾ ਕਿ ਮਰਿੰਡੇ ਡਿਵੈਲਪਮੈਂਟ ਕਿੰਨੀ ਹੋਈ ਹੈ। ਮੁੱਖ ਮੰਤਰੀ ਦਾ ਹਲਕਾ, ਮੁੱਖ ਮੰਤਰੀ ਦੇ ਸਪੁੱਤਰ ਹੋ ਤੁਸੀਂ, ਕੀ ਜਵਾਬ ਆ ਤੁਹਾਡੇ ਕੋਲ ਇਸ ਗੱਲ ਦਾ? ਵੀਰੇ ਹੁਣ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ ਤਾਂ ਜੇ ਪਹਿਲਾਂ ਪਿੰਡਾਂ ਦੇ ਵਿੱਚ ਦੂਸਰੀ ਇੱਟ ਲੱਗੀ ਹੁੰਦੀ ਸੀ, ਲਾਲ ਇੱਟ ਨਾਲ ਸੜਕਾਂ ਬਣਦੀਆਂ ਸੀ ਨਾ, ਤਾਂ ਜੇ ਆਪਾਂ ਉਹਦੇ 'ਤੇ ਹੁਣ ਟੈਲਾਂ ਵਾਲੀ ਲਾਈਏ, ਪਹਿਲਾਂ ਲਾਲ ਇੱਟ ਕੱਢੀ ਹੈ ਨਾ, ਫਿਰ ਉਸ 'ਤੇ ਮਿੱਟੀ ਪਾਈ ਹੈ, ਫਿਰ ਟੈਲ ਪਾਈ ਹੈ, ਹੁਣ ਉਹਨਾਂ ਦਾ ਪ੍ਰੋਸੈਸ ਨੂੰ ਟਾਈਮ ਲੱਗਣਾ ਨਾ। ਹੁਣ ਮਰਿੰਡੇ 'ਚ ਸਾਰੇ 'ਚ ਸੀਵਰੇਜ ਪੈ ਰਿਹਾ, ਇੰਨੇ ਸਾਲ ਹੋ ਗਏ, ਇੰਨੀਆਂ ਸਰਕਾਰਾਂ ਆਲੀਆਂ ਇੱਥੇ, ਕਿਸੇ ਨੇ ਇੱਥੇ ਸੀਵਰੇਜ ਦੀ, ਔਰ ਬੇਸਿਕ ਡਿਮਾਂਡ ਹੈ ਤਾਂ ਲੋਕਾਂ ਦੀ, ਸੀਵਰੇਜ ਹੋਣਾ ਇੱਕ ਸ਼ਹਿਰ ਦੇ ਅੰਦਰ ਬੇਸਿਕ ਡਿਮਾਂਡ ਹੈ। ਅਸੀਂ ਖਰੜ ਪ੍ਰਧਾਨ ਰਹੇ ਹਾਂ, ਆਪਾਂ 2007 'ਚ ਇੱਧਰ ਆਏ ਹਾਂ, ਅਸੀਂ ਉੱਧਰ ਪਹਿਲਾਂ 2 ਵਾਰੀ ਪ੍ਰਧਾਨ ਰਹੇ ਹਾਂ, ਅਸੀਂ ਉੱਥੇ ਤਦ ਦਾ ਸੀਵਰੇਜ, ਇੱਥੇ ਇੰਨੇ ਸਾਲ ਲੱਗ ਗਏ ਸੀਵਰੇਜ ਆਉਣ ਨੂੰ, ਅਤੇ ਅਸੀਂ ਇਹ ਲੋਕਾਂ ਦੀ, ਅਸੀਂ ਵਾਅਦਾ ਕੀਤਾ ਹੋਇਆ 2017 ਦੇ ਵਿੱਚ ਵੀ ਅਸੀਂ ਇੱਥੇ ਸੀਵਰੇਜ ਲੈ ਕੇ ਆਉਣਾ, ਹੁਣ ਇੱਥੇ 70 ਕਰੋੜ ਰੁਪਇਆ ਲੱਗ ਕੇ ਸੀਵਰੇਜ ਪੈ ਰਿਹਾ ਸਾਰੇ ਸ਼ਹਿਰ ਦੇ ਵਿੱਚ। ਹੁਣ ਜਦ ਸੀਵਰੇਜ ਨੇ ਪੈਣਾ, ਉਹਦੇ ਪਾਈਪਾਂ ਨੇ ਥੱਲੇ ਜਾਣਾ, ਕਿੱਥੇ ਗਲੀ ਨਾਲੀਆਂ ਹੋਣੀਆਂ, ਨਾਲੀਆਂ ਸਾਈਡ 'ਤੇ ਆ, ਪੈਪਾਂ ਨੇ ਜਦ ਸੜਕ ਦੇ ਥੱਲੇ ਜਾਣਾ, ਉਹਨੇ ਪੱਟ ਹੋਣਾ, ਪੱਟ ਹੋ ਕੇ ਉਹਦੇ 'ਚ ਪੈਪ ਪੈਣੀ ਆ, ਫਿਰ ਉਹਨੇ ਦਬਣਾ, ਫਿਰ ਮਿੱਟੀ ਸੈਟਲ ਹੋਣ ਨੂੰ। ਹੁਣ ਮੈਂ ਸਿਵਲ ਇੰਜੀਨੀਅਰ ਹੈ, ਮੈਨੂੰ ਪਤਾ ਉਹ ਕਿਵੇਂ ਕੰਮ ਹੋਣਾ। ਸਿਵਲ ਇੰਜੀਨੀਅਰ? ਹਾਂਜੀ, ਮੈਂ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰ ਕੀਤੀ ਹੋਈ ਹੈ, ਅਤੇ ਇਹ ਵੀ ਦਰਸ਼ਕਾਂ ਨੂੰ ਹੁਣੇ ਪਤਾ ਲੱਗਿਆ ਕਿ ਤੁਸੀਂ ਇੰਜੀਨੀਅਰ ਵੀ? ਹਾਂਜੀ, ਲੋਅਰ ਵੀ ਹੈ। ਓਕੇ, ਅਤੇ ਤਾਂ ਠੀਕ ਹੈ, ਜਦ ਆਪਾਂ ਘਰ ਵੀ ਬਣਾਉਂਦੇ ਹਾਂ ਤਾਂ ਵੀਰੇ ਇੱਕ ਵਾਰੀ ਤਾਂ ਖਲਾਰਾ ਪੈਂਦਾ ਹੀ ਹੈ ਨਾ, ਪਰ ਉਹਦੇ ਤੋਂ ਬਾਅਦ 'ਚ ਆਪਾਂ ਨੂੰ ਸੁੱਖ ਕਿੰਨਾ ਮਿਲਦਾ, ਇਹ ਵੀ ਦੇਖਣਾ ਆਪਾਂ ਨੂੰ ਚਾਹੀਦਾ ਨਾ। ਹੋਰ ਕਹਿੰਦੇ ਵੀ ਮਰਿੰਡੇ ਦਾ, ਮਰਿੰਡਾ ਕਹਿ ਲਓ, ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਹੈ ਅੰਡਰ ਬ੍ਰਿਜ, ਕਹਿੰਦੇ ਵੀ ਜੇ ਇੱਕ ਫਾਟਕ ਮਸ਼ਹੂਰ ਹੈ, ਉਸ ਤੋਂ ਬਾਅਦ ਜੇ ਪੰਜਾਬ ਦਾ ਦੂਜਾ ਸਭ ਤੋਂ ਵੱਧ ਲੱਗਣ ਵਾਲਾ ਫਾਟਕ ਹੈ ਤਾਂ ਮਰਿੰਡਾ ਹੀ ਹੈ। ਈਵਨ ਕਹਿੰਦੇ ਐਂਬੂਲੈਂਸਾਂ ਫਸ ਜਾਂਦੀਆਂ ਸੀਗੀਆਂ, ਡਿਲੀਵਰੀਆਂ ਵੀ ਐਂਬੂਲੈਂਸ 'ਚ ਹੋ ਜਾਂਦੀਆਂ ਸੀਗੀਆਂ, ਕਹਿੰਦੇ ਵੀ ਉਹ ਵੀ ਬਹੁਤ ਦੇਰ ਹੋ ਗਈ, ਬਣੀ ਨਹੀਂ ਰਿਹਾ। ਇਸ ਬਾਰੇ ਤੁਹਾਡਾ ਕੀ ਰਿਐਕਸ਼ਨ ਹੈ? ਵੀਰੇ ਉਹ 2000 ਪਹਿਲਾਂ ਤਾਂ ਤੁਹਾਨੂੰ ਪਤਾ ਵੀ ਕਿੰਨੀ ਵਾਰੀ ਇੱਥੇ ਫੇਲ ਕਰਤਾ, ਸਰਵੇ ਹੋ ਲਿਆ, ਫੇਲ ਕਰਤਾ ਵੀ ਇਹ ਵਾਲਾ ਜਿਹੜਾ ਟਰੈਕ ਹੈ ਇਹਨੂੰ ਰੋਕ ਨਹੀਂ ਸਕਦੇ, ਸਭ ਤੋਂ ਬਿਜ਼ੀ ਟਰੈਕ ਹੈ ਇਹ। ਅਸੀਂ ਫੇਰ ਵੀ ਜ਼ੋਰ ਲਾ ਕੇ, ਕਿਉਂਕਿ ਸੈਂਟਰ ਦੇ ਵੀ ਵਿੱਚ ਇਨਵੋਲਵਮੈਂਟ ਹੈ, ਰੇਲਵੇ ਉਹਨਾਂ ਕੋਲ ਹੈ, ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਆਪ ਦਾ ਸਮਝ ਕੇ ਇਹਦੇ ਆਪ ਜ਼ੋਰ, ਸੈਂਟਰ ਦੇ ਮੰਤਰੀਆਂ ਨੂੰ ਕਿੰਨੀ ਵਾਰੀ ਮਿਲੇ, ਇਹ ਪਾਸ ਕਰਾਇਆ 2019 'ਚ, ਪਾਸ ਹੋਇਆ, ਕੰਮ ਸ਼ੁਰੂ ਹੋਇਆ, ਨਾਲ ਦੀ ਨਾਲ ਤੁਹਾਨੂੰ ਪਤਾ ਕਰੋਨਾ ਆ ਗਿਆ, ਕਰੋਨਾ 'ਚ ਸਾਲ ਤਾਂ ਕਿਸੇ ਦਾ ਵੀ ਨਹੀਂ ਕੰਮ ਹੋਇਆ, ਖੜ੍ਹੇ ਰਹੇ, ਕਿਉਂਕਿ ਪਹਿਲਾਂ ਡਰਾਅ ਹੀ ਇੰਨਾ ਸੀਗਾ, ਕੋਈ ਕੰਮ ਹੀ ਨਹੀਂ ਚੱਲਿਆ, ਸਾਲ ਇਹਦਾ ਕੰਮ ਉੱਥੇ ਲੇਟ ਹੋ ਗਿਆ, ਫਿਰ ਇਹਦਾ ਕੰਮ ਚੱਲਿਆ। ਹੁਣ ਕੁਛ ਵੀ ਕੰਸਟਰਕਸ਼ਨ ਹੁੰਦੀ ਹੈ ਉਹਨੂੰ ਟਾਈਮ ਲੱਗਦਾ, ਠੀਕ ਹੈ, ਜਿਹੜਾ ਮਿੱਥਿਆ ਸਮੇਂ ਹੁੰਦਾ ਉਹਦੇ 'ਚ ਕਈ ਚੀਜ਼ਾਂ ਕਈ ਵਾਰੀ ਨਹੀਂ ਪੂਰੀਆਂ ਹੋ ਸਕਦੀਆਂ। ਹੁਣ ਛੋਟੀ ਜਿਹੀ ਗੱਲ ਹੈ, ਮੈਗੀ ਐਡ 'ਚ ਤਾਂ ਕਹਿੰਦੇ ਆ ਵੀ 2 ਮਿੰਟ 'ਚ ਬਣ ਜਾਂਦੀ ਹੈ, ਆਪਣੇ ਘਰਾਂ 'ਚ 2 ਮਿੰਟ 'ਚ ਬਣਾ ਕੇ ਦੇਖ ਲਓ, ਬਣ ਜਾਂਦੀ ਹੈ, ਉਹ ਤਾਂ ਛੋਟੀ ਜਿਹੀ ਚੀਜ਼ ਹੈ। ਬੜੀ ਗੱਲ, ਵਧੀਆ ਗੱਲ, ਐਗਜ਼ਾਮਪਲ ਵਧੀਆ ਦਿੱਤੀ ਹੈ। ਤਾਂ ਇਹ ਤਾਂ ਐਡਾ ਬੜਾ ਪ੍ਰੋਜੈਕਟ ਹੈ, ਡਬਲ ਪੁਲ ਉਹ ਲੱਗ ਰਿਹਾ। ਤੁਸੀਂ ਹੁਣ ਖਰੜ ਵਾਲਾ ਪੁਲ ਦੇਖ ਲਓ, ਕਿੰਨੇ ਲੋਕ ਕਿੰਨੇ ਸਾਲ ਪਰੇਸ਼ਾਨ ਹੁੰਦੇ ਰਹੇ, ਕਿੰਨੇ ਇਹਦੇ ਮੀਮਸ ਬਣਦੇ ਰਹੇ ਵੀ ਬੰਦਾ ਟੁੱਟਿਆ ਭੱਜਿਆ ਆਉਂਦਾ ਹੁੰਦਾ, ਕਹਿੰਦਾ ਕਿੱਥੋਂ ਆਏਗਾ, ਖਰੜ ਤੋਂ ਆਇਆ। ਲੋਕਾਂ ਨੇ ਤਪੱਸਿਆ ਕੀਤੀ ਉਸ ਚੀਜ਼ ਲਈ, ਬਟ ਅੱਜ ਲੋਕਾਂ ਨੂੰ ਉਸ ਤਪੱਸਿਆ ਦਾ ਫਲ ਵੀ ਮਿਲ ਰਿਹਾ ਨਾ। ਅੱਜ ਤੁਸੀਂ ਖਰੜ 'ਚੋਂ ਨਿਕਲ ਕੇ ਦੇਖੋ, ਕੋਈ ਰਸ਼ ਨਹੀਂ ਹੈਗਾ, ਜਿਹਨੇ ਖਰੜ ਨੂੰ ਕ੍ਰੋਸ ਕਰਨਾ ਆਪਣਾ ਆਰਾਮ ਨਾਲ ਉੱਪਰੋਂ ਲੰਘਦਾ, 2 ਮਿੰਟ 'ਚ ਖਰੜ ਹੁਣ ਕ੍ਰੋਸ ਹੋ ਜਾਂਦਾ, 2 ਮਿੰਟ ਤੁਸੀਂ ਐਗਜੈਕਟ, ਮੈਂ ਚੈੱਕ ਕੀਤਾ ਹੋਇਆ, ਤੁਸੀਂ ਵੀ ਕਰ ਸਕਦੇ ਹੋ, 2 ਤੋਂ 3 ਮਿੰਟ ਦੇ ਵਿੱਚ ਖਰੜ ਪੂਰਾ ਕ੍ਰੋਸ ਹੋ ਜਾਂਦਾ, ਆਪਾਂ ਸਨੀ ਇਨਕਲੇਵ ਉੱਤਰ ਜਾਂਦੇ ਹਾਂ, ਅਤੇ ਉਹ ਤਪੱਸਿਆ ਦਾ ਫਿਰ ਫਲ ਵੀ ਮਿਲਦਾ ਨਾ। ਅਤੇ ਹੁਣ ਇਹ ਲੋਕਾਂ ਨੇ ਕੀਤੀ ਹੈ, ਇਹ ਹੁਣ ਜੇ 15-20 ਦਿਨਾਂ ਨੂੰ ਸ਼ੁਰੂ ਹੋ ਜਾਊਗਾ ਤਾਂ ਇਹ ਲੋਕਾਂ ਨੂੰ ਬਹੁਤ ਇਹਦਾ ਫਲ ਵੀ ਮਿਲਣਾ। ਕਿੰਨੀ ਟ੍ਰੈਫਿਕ ਹੈ ਜਿਹਨੂੰ ਕਦੀ ਰੁਕਣਾ ਹੀ ਨਹੀਂ ਪਏ ਕਰਨ, ਕਿੰਨੀ ਆਵਾਜਾਈ ਇੱਥੋਂ ਵਾਝੇ ਕਰੂਗੀ। ਹੁਣ ਪੂਰੇ ਮਰਿੰਡੇ ਨੂੰ ਪਹਿਲਾਂ ਆ ਤਾਂ ਇੱਥੇ 25-30 ਮਿੰਟ ਫਾਟਕ 'ਚ ਖੜ੍ਹਨਾ ਪੈਂਦਾ ਹੁੰਦਾ ਸੀ, ਕਈ ਵਾਰੀ 2-2 ਟ੍ਰੇਨਾਂ ਲੰਘਦੀਆਂ ਹੁੰਦੀਆਂ ਸੀ, ਇੱਕ ਲੰਘੀ, ਅੱਛਾ ਇਸ ਵਾਰ ਤਾਂ 2 ਦੀ ਵਾਰੀ ਹੈ, ਹੁਣ ਫੇਰ ਖੜੋ 20 ਮਿੰਟ। ਕਿ ਮਤਲਬ ਤੁਹਾਡਾ ਕਹਿਣਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ। ਨਾਰਾਜ਼ਗੀਆਂ ਦਾ ਦੌਰ ਕਿਵੇਂ ਆ, ਹਲਕੇ ਦਾ ਹਾਲ ਕੀ ਹੈ? ਸਭ ਤੋਂ ਵੱਧ ਮਿਹਨਤ ਕਰ ਰਹੇ ਹੋ ਤੁਸੀਂ, ਛੱਡੋ ਤੁਹਾਡੇ ਮਦਰ, ਈਵਨ ਤੁਹਾਡੇ ਵਾਈਫ ਵੀ, ਤਮਾਮ ਪਰਿਵਾਰਕ ਮੈਂਬਰ ਇਸ ਵੇਲੇ ਸਾਰੇ ਹਲਕੇ 'ਚ ਨੇ, ਹਲਕਾ ਕਿਵੇਂ ਆ, ਲੋਕਾਂ ਦਾ ਰੁਝਾਨ ਕਿਵੇਂ ਆ, ਰਿਸਪੋਂਸ ਕਿਵੇਂ ਆ? ਦੇਖੋ, ਲੋਕਾਂ ਦਾ ਡਿਵੈਲਪਮੈਂਟ ਨੂੰ ਲੈ ਕੇ ਤਾਂ ਤੁਸੀਂ ਹਲਕੇ 'ਤੇ ਕਿਸੇ ਬੰਦੇ ਨੂੰ ਪੁੱਛ ਲਓ, ਡਿਵੈਲਪਮੈਂਟ ਨੂੰ ਲੈ ਕੇ ਕਿਸੇ ਦਾ ਕੋਈ ਰੋਸਾ ਗਿਲਾ ਹੀ ਨਹੀਂ ਹੈਗਾ, ਹਰ ਕੋਈ ਕਹਿੰਦਾ ਡਿਵੈਲਪਮੈਂਟ ਤਾਂ ਬਹੁਤ ਹੋਈ ਹੈ।
ਵੀ ਇੰਨੀ ਡਿਵੈਲਪਮੈਂਟ ਅੱਗੇ ਕਦੀ ਦੇਖ ਸਾਡੇ ਘਰ ਨਹੀਂ ਆਇਆ ਹੁਣ ਪੌਣ ਇਹ ਵੀ ਕਹਿੰਦੇ ਆ ਵੀ ਆਹ 3.5 ਮਹੀਨੇ ਨਹੀਂ ਆਇਆ ਪਰ ਦੇਖੋ ਉਹੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਰਿਸਪੋਂਸੀਬਿਲਟੀ ਬਹੁਤ ਬੜੀ ਸੀ ਠੀਕ ਹੈ ਲੋਕਾਂ ਦੇ ਨਹੀਂ ਆਪਾਂ ਕਿਉਂਕਿ 3.5 ਮਹੀਨੇ ਕੁਛ ਵੀ ਟਾਈਮ ਨਹੀਂ ਹੁੰਦਾ ਵੀਰੇ ਅਤੇ ਉਹਦੇ 'ਚ ਪੂਰੀ ਸਰਕਾਰ ਪਹਿਲਾਂ ਸੈਟਲ ਕਰਨੀ ਕੈਬਨਿਟ ਬਣਾਉਣੀ IAS ਉੱਪਰ ਲੈ ਕੇ ਆਉਣੇ ਉਸ ਤੋਂ ਬਾਅਦ ਇੰਪਲੀਮੈਂਟੇਸ਼ਨਸ ਕਰਨੀਆਂ ਕਿਹੜੀ ਕਿਹੜੀ ਜੋ ਲੋਕਾਂ ਨੂੰ ਜ਼ਰੂਰਤਾਂ ਉਹ ਦੇਖਣੀਆਂ ਸੋ ਇਹ ਸਾਰੇ ਗੱਲਾਂ ਨੂੰ ਟਾਈਮ ਲੱਗਿਆ ਸਾਨੂੰ 3.5 ਮਹੀਨੇ ਪੂਰਾ ਪੰਜਾਬ ਨੂੰ ਦੇਣੇ ਪਏ ਹੈ ਉਹਦੇ ਵਿੱਚ ਕਿਤੇ ਸ਼੍ਰੀ ਚਮਕੌਰ ਸਾਹਿਬ ਦੇ ਲੋਕ ਉਹਨਾਂ ਨਾਲ ਪਰਸਨਲ ਟੱਚ 'ਚ ਨਹੀਂ ਆ ਸਕੇ ਕਿਉਂਕਿ ਹੁਣ ਜਿਹਦੇ ਨਾਲ 15 ਸਾਲਾਂ ਤੋਂ ਪਿਆਰ ਹੋਵੇ ਉਹ 3.5 ਮਹੀਨੇ ਮਿਲੇ ਨਾ ਹਾਂ ਉਹ 3.5 ਮਹੀਨੇ ਦਿਖੇ ਨਾ ਤਾਂ ਲੋਕਾਂ ਦੀਆਂ ਨਾਰਾਜ਼ਗੀਆਂ ਵੱਧ ਹੀ ਜਾਂਦੀਆਂ ਤੁਹਾਡੇ ਮਦਰ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਮੈਂ ਹੁਣ ਫੁੱਲ ਟਾਈਮ ਰਾਜਨੀਤੀ ਕਰਨੀ ਹੈ ਮੈਂ ਆਪਣੀ ਨੌਕਰੀ ਰਿਜ਼ਾਈਨ ਕਰਤੀ ਕਹਿੰਦੇ ਵੀ CM ਸਾਹਿਬ ਪੰਜਾਬ ਸੰਭਾਲਣ ਮੈਂ ਉਹਨਾਂ ਦਾ ਹਲਕਾ ਸੰਭਾਲੂੰਗੀ ਇੱਕ ਸ਼ਿਕਾਇਤ ਨਹੀਂ ਮਿਲੂਗੀ ਕਹਿੰਦੇ ਉਹ ਤਾਂ ਵੈਸੇ ਲੋਕਾਂ ਲਈ ਸੀਗਾ ਮੈਂ ਕਿਹਾ ਵੀ ਮਾਂ ਪੁੱਤ ਦੋਨੋਂ ਕਹਿੰਦੇ ਵੀ ਮਾਂ ਪੁੱਤ ਨਹੀਂ ਪੂਰਾ ਪਰਿਵਾਰ ਨੂੰ ਵੀ ਨਾਲੇ ਰਹੂਗੀ ਉਹਨਾਂ ਦਾ ਤਾਂ ਵੈਸੇ ਹਮੇਸ਼ਾ ਸਾਡੇ ਪਰਿਵਾਰ ਲਈ ਸੈਕਰੀਫਾਈਸ ਲੈ ਰਿਹਾ ਮਤਲਬ ਚਾਹੇ ਪਾਪਾ ਘਰੇ ਨਹੀਂ ਆਉਂਦੇ ਹੁੰਦੇ ਸੀ ਪਰ ਕਦੀ ਐਂ ਸ਼ਿਕਾਇਤ ਨਹੀਂ ਕੀਤੀ ਹੈ ਵੀ ਤੁਸੀਂ ਘਰ ਨੂੰ ਟਾਈਮ ਨਹੀਂ ਦਿੰਦੇ ਅਤੇ ਤੁਸੀਂ ਸਾਰਾ ਦਿਨ ਲੋਕਾਂ 'ਚ ਰਹਿੰਦੇ ਹੋ ਅਤੇ ਕੋਈ ਖਾਸ ਵਾਕਿਆ ਹੋਵੇ ਜੇ ਯਾਦ ਹੋਵੇ ਕੁਛ ਖਾਸ ਵਾਕਿਆ ਤਾਂ ਇਹੀ ਹੈ ਵੀ ਜਦ ਵੀ ਘਰੇ ਆਉਣਾ ਉਹਨਾਂ ਨੇ ਅਤੇ ਮਦਰ ਮਤਲਬ ਮੈਂ ਹਮੇਸ਼ਾ ਐਂ ਦੇਖਿਆ ਵੀ ਮਦਰ ਨੇ ਕਦੀ ਮੇਰੀ ਕੰਪਲੇਂਟ ਨਹੀਂ ਕੀਤੀ ਤੁਸੀਂ 9 ਵਜੇ ਆਏ ਤੁਸੀਂ 9 ਵਜੇ ਚਲੇ ਗਏ ਤੁਸੀਂ ਘਰ ਨੂੰ ਟਾਈਮ ਨਹੀਂ ਦੇ ਰਹੇ ਜਾਂ ਉਹ ਨਹੀਂ ਦੇ ਰਹੇ ਉਹ ਤਾਂ ਬਸ ਇਹੀ ਕਹਿੰਦੇ ਵੀ ਭਾਈ ਸਹੀ ਹੁਣ ਤੁਸੀਂ ਤਾਂ ਲੋਕਾਂ ਦੇ ਹੀ ਆ ਹੁਣ ਤੁਸੀਂ ਸਾਡੇ ਤਾਂ ਭੁੱਲ ਗਏ ਹੁਣ ਵੀ ਅਸੀਂ ਵੀ ਤੁਹਾਡੇ ਨਾਲ ਹੈਗੇ ਪਰ ਇਹ ਗੱਲ ਦੀ ਉਹਨਾਂ ਨੇ ਕਦੀ ਉਹ ਨਹੀਂ ਦਿੱਤੀ ਉਹਨਾਂ ਨੇ ਐਂ ਵੀ ਜੋ ਇਹ ਕਰ ਰਹੇ ਹਨ ਤਾਂ ਠੀਕ ਹੀ ਕਰ ਰਹੇ ਹਨ ਵੀ ਇਹੋ ਜਿਹੇ ਲੀਡਰ ਦੀ ਆਪਣੇ ਪੂਰੇ ਸਮਾਜ ਨੂੰ ਹੀ ਲੋੜ ਹੈ ਤਾਂ ਪੁੱਛ ਲੈਂਦਾ ਤਾਂ ਤੁਸੀਂ ਆਪਣੀ ਮਿਸਿਜ਼ ਨਾਲ ਇਹ ਗੱਲ ਕਰ ਲਈ ਕਿ ਭਾਈ ਹੁਣ ਮੈਂ ਵੀ ਇਸੀ ਫੀਲਡ 'ਚ ਹਾਂ ਹੁਣ ਤਾਂ ਨਵਜੀਤ ਸਿੰਘ ਨਵੀਂ ਵੀ ਪੂਰੇ ਮਜੇ ਹੋਏ ਸਿਆਸਤਦਾਨ ਲੱਗਦੇ ਹਾਂ ਕਿ ਭਾਈ ਟਾਈਮ ਘਰ ਨੂੰ ਇੰਨਾ ਹੀ ਹੁੰਦਾ ਹੁਣ ਤੁਹਾਨੂੰ ਵੀ ਭਗਵਾਨ ਨੇ ਇੰਨੀ ਕੁ ਆਦਤ ਪਾਉਣੀ ਪੈਣੀ ਹੈ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਆਪ ਹੀ ਹੌਲੀ ਹੌਲੀ ਆਦਤ ਪੈ ਜਾਂਦੀ ਹੈ ਇਹ ਕਹਿਣਾ ਨਹੀਂ ਪੈਣਾ ਇਹ ਸਮਝ ਜਾਣਗੇ ਇਹ ਤਾਂ ਆਪ ਹੀ ਹੁਣ ਇਲੈਕਸ਼ਨ ਦਾ ਦੌਰ ਹੈ ਮੈਂ ਰੋਜ਼ 1-2 ਵਜੇ ਘਰੇ ਵੜਦਾ ਸਵੇਰੇ ਫੇਰ ਨਿਕਲ ਜਾਂਦਾ ਤਾਂ ਗੱਲ ਵੀ ਨਹੀਂ ਹੋ ਪਾਉਂਦੀ ਜਦੋਂ ਮੈਂ ਜਾਂਦਾ ਉਹ ਸੁੱਤੇ ਪਏ ਹੁੰਦੇ ਆ ਤੇ ਸਵੇਰੇ ਉੱਠ ਕੇ ਨਿਕਲ ਜਾਂਦੇ ਆ ਅਲੱਗ ਅਲੱਗ ਤਾਂ ਇਹ ਪਤਾ ਹੀ ਹੈ ਵੀ ਜਦੋਂ ਉਹ ਵੀ ਬਿਜ਼ੀ ਹੈ ਮੈਂ ਵੀ ਬਿਜ਼ੀ ਹਾਂ ਜਦੋਂ ਟਾਈਮ ਮਿਲਦਾ ਉਨੀ ਕੁ ਗੱਲ ਹੋ ਜਾਂਦੀ ਹੈ ਤੇ ਬੰਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਬੰਦੇ 'ਚ ਫਿਰ ਇੰਨਾ ਕੁਛ ਹੋ ਨਹੀਂ ਰਹਿੰਦਾ ਬਈ ਜਿਹੜੀ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਡਾਇਰੈਕਟ ਦਿਲ ਤੋਂ ਮੈਂ ਹਲਕੇ ਦੇ ਲੋਕਾਂ ਨੂੰ ਇਹੀ ਗੱਲ ਕਰਨਾ ਚਾਹੁੰਦਾ ਹੈ ਕਿ ਦੇਖੋ ਜਿਹੜੀ ਡਿਵੈਲਪਮੈਂਟ ਤੁਸੀਂ ਅੱਜ ਤੱਕ ਸੋਚ ਰਹੇ ਸੀਗੇ ਵੀ ਇੱਦਾਂ ਦੀ ਸ਼ਾਇਦ ਹੋ ਸਕਦੀ ਹੈ ਜਿਹੜੀਆਂ ਆਸਾਂ ਨਾਲ ਤੁਸੀਂ ਸਾਨੂੰ 2007 ਦੇ ਵਿੱਚ ਸਾਡੇ ਨਾਲ ਖੜੇ ਸੀ ਤੁਸੀਂ ਸਾਡੇ ਨਾਲ 10 ਸਾਲ ਤਪੱਸਿਆ ਵੀ ਕੀਤੀ ਹੈ ਜਦੋਂ ਸਰਕਾਰ ਨਹੀਂ ਸੀ ਕੋਈ ਸਰਕਾਰੀ ਫੰਡ ਨਹੀਂ ਸੀ ਅਸੀਂ ਉਦੋਂ ਵੀ ਤੁਹਾਡੇ ਨਾਲ ਖੜੇ ਰਹੇ ਹਾਂ ਤੁਸੀਂ ਬਾਕੀ ਉਮੀਦਵਾਰਾਂ ਨੂੰ ਸਾਡੇ ਬਰਾਬਰ ਰੱਖ ਕੇ ਦੇਖੋ ਕਿਆ ਸੱਚੀ ਉਹਨਾਂ ਦੇ ਵਿੱਚ ਕਿਤੇ ਸੇਵਾ ਭਾਵਨਾ ਦੀ ਗੱਲ ਹੈਗੀ ਹੈ ਜਾਂ ਤੁਹਾਡੇ ਨਾਲ ਕੁਰਸੀ ਦੇ ਮੋਹ ਨੂੰ ਆਏ ਹੈ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਹਲਕੇ ਵਾਲਿਆਂ ਨੂੰ ਲੋੜ ਪੈਂਦੀ ਹੈ ਕੁਛ ਕਿਸੇ ਤਰ੍ਹਾਂ ਦੀ ਵੀ ਕੁਛ ਜ਼ਰੂਰਤ ਪੈਂਦੀ ਹੈ ਤੁਸੀਂ ਕਿਹੜੇ ਉਮੀਦਵਾਰ ਨੂੰ ਘਰ ਜਾ ਕੇ ਕੁੰਡਾ ਖੜਕਾ ਸਕਦੇ ਹੋ ਕਿਹਦਾ ਕਿਹੜਾ ਉਮੀਦਵਾਰ ਤੁਹਾਨੂੰ ਪਤਾ ਹੈ ਕਿੱਥੇ ਰਹਿੰਦਾ ਹੈ ਕਿਹੜਾ ਉਮੀਦਵਾਰ ਤੁਹਾਡੇ ਵਿੱਚ ਦਾ ਤੁਸੀਂ ਉਹ ਦੇਖੋ ਅਤੇ ਸਭ ਤੋਂ ਬੜੀ ਜਿਹੜੀ ਅਪੀਲ ਹੈ ਕਿ ਇਸ ਹਲਕੇ ਨੂੰ ਪਹਿਲੀ ਵਾਰ ਮੁੱਖ ਮੰਤਰੀ ਮਿਲਿਆ ਅੱਗੇ ਮੰਤਰੀ ਤੱਕ ਹੀ ਰਹਿ ਸਕੇ ਹੈ ਕੋਈ ਉਹ ਵੀ ਜਿਹੜੇ ਪਹਿਲਾਂ ਰਹੇ ਉਹਨਾਂ ਨੇ ਤਾਂ ਕਦੀ ਕਿਤ ਕੁਛ ਕੀਤਾ ਨਹੀਂ ਸੀ ਇਸ ਵਾਰੀ ਆਪਾਂ ਨੂੰ ਪੂਰੇ ਪੰਜਾਬ ਦੀ ਪਾਵਰ ਮਿਲੀ ਹੈ ਹੁਣ ਆਪਾਂ ਜਿਹੜੇ ਆਪਣੇ ਹਲਕੇ ਦੇ ਕੰਮ ਹੈ ਉਹਨਾਂ ਨੇ 3.5 ਮਹੀਨਿਆਂ 'ਚ ਦੇਖਿਆ ਵੀ ਕਿਵੇਂ ਕਿੰਨੀ ਤੇਜ਼ੀ ਨਾਲ ਜਿਹੜੇ ਕੰਮ ਹੋਏ ਆ ਕਿੰਨੀ ਤੇਜ਼ੀ ਨਾਲ ਗ੍ਰਾਂਟਾਂ ਆਈ ਹੈ ਕਰੋੜਾਂ ਕਰੋੜਾਂ ਦੀ ਗਾਂ ਜਿੱਥੇ ਕਿਹਾ ਕਿਸੇ ਸਰਪੰਚ ਸਾਹਿਬ ਨੇ ਵੀ ਸਾਨੂੰ ਸਟੇਡੀਅਮ ਚਾਹੀਦਾ ਯੂਥ ਲਈ ਆਪਾਂ ਸਟੇਡੀਅਮ ਦੇ ਤਾ ਜਿੱਥੇ ਕਿਹਾ ਵੀ ਸਾਡੇ ਇੱਥੇ ਸਾਨੂੰ ਕਮਿਊਨਿਟੀ ਸੈਂਟਰ ਚਾਹੀਦਾ ਗਰੀਬ ਲੋਕਾਂ ਦੇ ਵਿਆਹ ਕਰਨ ਨੂੰ ਆਪਾਂ ਕਮਿਊਨਿਟੀ ਸੈਂਟਰ ਪਾਸ ਕਰਾਤਾ ਮਤਲਬ ਹਰ ਚੀਜ਼ ਆਪਾਂ ਹਲਕੇ ਨੂੰ ਐਕਸੈਸ ਦੇ ਸਕੇ ਹਾਂ ਡਿਵੈਲਪਮੈਂਟ ਦੇ ਪ੍ਰਤੀ ਉਹ ਜੇ ਹਲਕਾ ਚਾਹੁੰਦਾ ਵੀ ਜਿਹੜੇ 3.5 ਮਹੀਨੇ ਵਰਗੇ ਸਾਨੂੰ 5 ਸਾਲ ਮਿਲਣ ਤਾਂ ਹਲਕੇ ਨੂੰ ਪਤਾ ਹੈ ਬਈ
वोट कित्थे पानी है। हर बंदे दी इच्छावां हुंदियां सरकार नूं लैके, हर वर्ग दी, चाहे वह नौजवान पीढ़ी होवे, चाहे वह मेरिया बजुर्ग होण, चाहे मेरिया बीबियां होण, चाहे भैणां होण। जद आपां वोट पाण लगदे हां जां आपां किसी की सपोर्ट कर रहे हुंदे हां, आपां नूं एक इच्छा हुंदी है भी यार आपां अगली सरकार जिहड़ी चुननी है वह इदां चुननी है भी मेरी आह इच्छा पूरी हो जाए, चाहे वह मेरी परसनल है, चाहे मेरी समाजिक है, किसी तरह की भी हर किसी की इच्छा हुंदी है। मैं सिर्फ इन्ना ही कहना वह इच्छा नूं एक सवाल पूछ के देखो कि की वह इच्छा नूं एक मुख्यमंत्री ज़्यादा काबिलियत रखता पूरी करन नूं या एक MLA, थोनू थोड़ी वोट का जवाब जरूर मिल जूगा। बहुत मेहरबानी साढ़े नाल दिल दीआं गल्लां करन दे लई नवी जो कि मुख्यमंत्री चरणजीत सिंह चन्नी दे सपुत्र ने, बेहद पोलाइट हल्कियां फुल्कियां ते राजनीति दे नाल जुड़ियां बेहद अहम गल्लां कीतियां, तमाम गल्लां कीतियां। कहिंदे वी चमकौर साहब हल्का है जिहड़ा उह MLA नहीं मुख्यमंत्री चुनन जा रहा, डिवेलपमेंट नूं लैके तमाम गल्लां कीतियां। कहिंदे नाराजगियां दी गल करिए कि 15 साल मेरे पापा लोगां च रहे ने ते 3 महीने मुख्यमंत्री बनन तों बाद पंजाब च जिवें दे चलदे नहीं मिल सके, पर कहिंदे इस हल्के दे नाल बेहद प्यार है। और सब तो वड्डी गल आखी है कहिंदे मेरी माँ ने बड़े सैक्रीफाइसिस किए ने, जदों पापा घर लेट भी आते सी, कई बार नहीं भी आते सी, तां ये नहीं किया कि तुसी लेट क्यों आए। सो तमाम गल्लां कीतियां चमकौर साहब हल्के की डिवेलपमेंट नूं लैके गल्लां कीतियां। सो बड़ी बेबाकी नाल मुख्यमंत्री इस पुत्र ने जवाब दिते ने ते 20 तरीक नूं जिहड़ी वोटिंग है वह तुहाडा फर्ज है, किहनूं तुसी चुनना है ते वोट पाउण लई जरूर घरों बाहर जाओ। कैमरामैन वरुण दे नाल गगन शुक्ला, डेली पोस्ट पंजाबी।